ਕਿਉਂਕਿ ਤੁਹਾਨੂੰ ਪਤਾ ਜਿਹੜੇ ਬੰਦੇ ਨਹੀਂ ਪੈਦਲ ਚੱਲ ਸਕਦੇ ਖੱਚਰਾਂ ਤੇ ਬਹਿ ਕੇ ਜਾਂਦੇ ਨੇ। ਵੈਸੇ ਪਾਹੁਲ ਆਪਾਂ 7-8 ਵਾਰ ਆ ਗਏ ਹੈਂ। ਆ ਦੇਖੋ ਦੋਸਤੋ ਕ੍ਰੀਏਟੀਵਿਟੀ, ਦੋਸਤੋ ਲਦਾਖ ਯੂਨੀਅਨ ਟੈਰੀਟਰੀ ਚ ਐਂਟਰ ਕਰ। ਆ ਦੇਖੋ ਜੀ ਕਾਰਗਿਲ ਵਾਰ ਮੈਮੋਰੀਅਲ। ਪਾਹੁ ਨੂੰ ਇੰਨਾ ਜੋਸ਼ ਆ ਗਿਆ, ਇਹਨੇ ਖਾ ਲਿਆ ਇੱਕ ਸਮਾਰਿਓ। ਆ ਨਜ਼ਰ ਲਾਤੀ ਜੀ ਸਾਰੇ ਪਾਸੇ, ਦੇਖੋ ਕਿਵੇਂ ਬੱਦਲ ਦਾ ਪ੍ਰਸ਼ਨ ਸਾਡਾ ਦੋਸਤੋ ਪਹੁੰਚ ਚੁੱਕਿਆ ਲੇ। ਹਾਂਜੀ ਦੋਸਤੋ, ਸੋਨਮਰਗ ਦੀ ਵਾਦੀਆਂ ਨੂੰ ਅਲਵਿਦਾ ਕਹਿ ਕੇ ਹੁਣ ਚੱਲੇ ਅਸੀਂ ਲੇਹ ਵੱਲ। ਜੈੱਡ ਮੋਡ ਟਨਲ ਬਣ ਰਹੀ ਆ, ਜਿਹਨੇ ਡਾਇਰੈਕਟਲੀ ਸੋਨਮਰਗ ਤੋਂ ਜਜ਼ੀਲਾ ਪਾਸ ਪਾਰ ਕਰਾ ਦੇਣਾ ਤਾਂ ਜੋ ਲੇਹ ਆਪਾਂ ਸਾਰਾ ਸਾਲ ਜਾ ਸਕਦੇ ਹਾਂ। ਦੇਖੋ ਦੋਸਤੋ ਆਰਮੀ ਵਾਲੇ ਕਿਵੇਂ ਟਰੈਕਿੰਗ ਕਰ ਰਹੇ ਨੇ। ਉਹ ਦੇਖੋ ਉੱਪਰ ਖੜਾ ਇੱਕ, ਇਹ ਉੱਥੋਂ ਜੀ ਬਾਏ ਰੋਪ ਨੀਚੇ ਆ ਕੇ ਟਰੈਕ ਕਰ ਰਹੇ ਨੇ, ਮਤਲਬ ਕਿ ਟ੍ਰੇਨਿੰਗ ਚੱਲ ਰਹੀ ਹੈ ਇਹਨਾਂ ਦੀ। ਦੇਖੋ ਕਿੰਨੀ ਜ਼ਿਆਦਾ ਸਖ਼ਤ ਟ੍ਰੇਨਿੰਗ ਹੁੰਦੀ ਹੈ ਆਰਮੀ ਵਾਲਿਆਂ ਦੀ। ਨਜ਼ਾਰੇ ਇੱਕ ਨੰਬਰ ਨੇ, ਤੁਸੀਂ ਆ ਕੇ ਦੇਖੋ। ਫੋਨ ਨਹੀਂ ਇੰਨਾ ਦਿਖਾ ਸਕਦਾ ਜਿੰਨਾ ਤੁਸੀਂ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ। ਇੱਧਰ ਦੇਖੋ ਉਹ ਆ ਰਿਹਾ ਉੱਪਰੋਂ ਇੱਕ, ਐਵੇਂ ਥੋੜ੍ਹੀ ਆਰਮੀ ਆਪਣੀ ਸੁਰੱਖਿਆ ਦੇ ਵਿੱਚ ਕਾਰਗਰ ਹੈ ਇੰਨੀ ਜ਼ਿਆਦਾ, ਕਿਉਂਕਿ ਤੁਹਾਨੂੰ ਪਤਾ ਟ੍ਰੇਨਿੰਗ ਇੰਨੀ ਸਖ਼ਤ ਹੁੰਦੀ ਹੈ ਇਹਨਾਂ ਦੀ। ਇਹ ਆ ਪ੍ਰੋਪਰ ਸੋਨਮਾਰਕ, ਇੱਧਰ ਸਾਰੇ ਆ ਵਧੀਆ ਰਿਜ਼ੋਰਟ ਵਗੈਰਾ ਬਣੇ ਹੋਏ ਨੇ। ਉਹ ਸਾਹਮਣੇ ਵਿਲੇਜ ਵਾਕ ਹੋਟਲ ਆ ਜਿੱਥੇ ਅਸੀਂ ਰੁਕੇ ਸੀ। ਲੋਰੀ 'ਚ ਬਹੁਤ ਧਿਆਨ ਨਾਲ ਸੁਣ ਲਾ, ਦੇਖਣਾ ਵੀ ਆ ਤੂੰ ਫਿਰ। ਇਹ ਆਪਣਾ ਜਿਹੜਾ ਨਵਾਂ ਟਨਲ ਲਈ ਪੁਲ ਬਣਾਇਆ ਗਿਆ, ਇਹ ਬਿਲਕੁਲ ਸਿੱਧਾ ਟਨਲ ਨੂੰ ਕਨੈਕਟ ਹੋਊਗਾ ਜਾ ਕੇ ਉੱਤੇ। ਟਨਲ ਹੁਣ ਜਦੋਂ ਬਣ ਜੂਗੇ ਅਸੀਂ ਤੁਹਾਨੂੰ ਦੁਬਾਰਾ ਦਿਖਾਉਣ ਆਵਾਂਗੇ। ਮੈਂ ਕਿਹਾ ਇਸ ਵਾਰ ਤੁਹਾਨੂੰ ਲੇਹ ਦੇ ਨਜ਼ਾਰੇ ਦਿਖਾ ਦਈਏ ਪਹਿਲਾਂ। ਇਹ ਸਾਰੇ ਹੁਣ ਖੱਚਰਾਂ ਵਾਲੇ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ ਜੋ ਕਿ ਪਰਸੋਂ ਤੋਂ ਉੱਥੇ ਜਾ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਜਿਹੜੇ ਬੰਦੇ ਨਹੀਂ ਪੈਦਲ ਚੱਲ ਸਕਦੇ ਖੱਚਰਾਂ 'ਤੇ ਬਹਿ ਕੇ ਜਾਂਦੇ ਨੇ। ਹੁਣ ਪੈ ਗਏ ਹਾਂ ਜੀ ਅਸੀਂ ਲੇਹ ਵਾਲੇ ਰਸਤੇ 'ਤੇ। ਗ੍ਰੀਨਰੀ ਦੇਖੋ ਤੁਸੀਂ, ਕਿਉਂਕਿ ਕੱਲ੍ਹ ਤਾਜ਼ਾ ਮੀਂਹ ਪੈ ਕੇ ਹਟਿਆ, ਇੱਥੇ ਨਜ਼ਾਰੇਦਾਰ ਕੁਦਰਤੀ ਸੀਨਰੀਜ਼ ਇੱਦਾਂ ਦੀਆਂ ਨੇ ਕਿ ਬੰਦਾ ਦੇਖੀ ਜਾਂਦਾ ਪਿਆਰ ਹੋ ਜਾਂਦਾ ਆਪਾਂ ਨੂੰ ਇਹ ਪਹਾੜਾਂ ਨਾਲ। ਉਹ ਦੇਖੋ ਕਿੰਨਾ ਵਧੀਆ ਨਜ਼ਾਰੇਦਾਰ, ਇੱਧਰ ਰੋਡ ਵੀ ਪੂਰੇ ਐਨ ਫਸਟ ਕਲਾਸ, ਥੱਲੇ ਨਦੀ ਜਾ ਰਹੀ ਹੈ ਕਿਉਂਕਿ ਥੱਲੇ ਬੇਸ ਕੈਂਪ ਆਰਮੀ ਦਾ ਬਾਲਟਾਲ ਜਿੱਥੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੁੰਦੀ ਆ, ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ। ਫਿਲਹਾਲ ਤੁਹਾਨੂੰ ਅਸੀਂ ਚੋਜੀਲਾ ਪਾਸ, ਜਿਹੜਾ ਕਿ ਇੰਡੀਆ ਦਾ ਸਭ ਤੋਂ ਖਤਰਨਾਕ ਪਾਸ ਮੰਨਿਆ ਗਿਆ, ਉੱਥੇ ਅਸੀਂ ਜਾ ਰਹੇ ਹਾਂ। ਉਹਦੇ ਨਜ਼ਾਰੇ ਤੁਸੀਂ ਦੇਖਿਓ ਖੁਦ ਅੱਖਾਂ ਦੇ ਵਿੱਚ ਕੈਦ ਕਰਕੇ ਵੀ ਹਾਂ ਬਈ ਇਹ ਵੀ ਨਜ਼ਾਰੇ ਹੋ ਸਕਦੇ ਨੇ, ਅਸੀਂ ਦੁਨੀਆ 'ਤੇ ਆਏ ਹਾਂ, ਇਹ ਨਜ਼ਾਰਿਆਂ ਤੋਂ ਅਸੀਂ ਕਿੰਨਾ ਪਿੱਛੇ ਰਹਿ ਗਏ। ਦੇਖੋ ਆਓ ਜ਼ਰੂਰ, ਨਜ਼ਾਰੇ ਲਓ ਜਲਦੀ ਤੋਂ ਜਲਦੀ। ਇੱਧਰ ਦੇਖੋ ਥੱਲੇ ਸਾਰਾ ਬਾਲਟਾਲ ਦਾ ਬੇਸ ਕੈਂਪ ਜਿੱਥੋਂ ਅਮਰਨਾਥ ਦੀ ਯਾਤਰਾ ਦੀ ਸ਼ੁਰੂਆਤ ਹੁੰਦੀ ਆ। ਅਸੀਂ ਹੁਣ ਵੱਧ ਰਹੇ ਹਾਂ ਜੋਜੀਲਾ ਵੱਲ ਨੂੰ, ਕਿਉਂਕਿ ਅਸੀਂ ਪਹਿਲਾਂ ਲੇਹ ਘੁੰਮ ਕੇ ਆਉਣਾ, ਬਾਅਦ 'ਚੋਂ ਅਸੀਂ ਇੱਥੇ ਬਾਲਟਾਲ ਹੀ ਆਉਣਾ। ਦੇਖੋ ਥੱਲੇ ਕਿਵੇਂ ਸ਼ੈੱਡ ਪਾ ਕੇ ਲੰਗਰ ਦਾ ਅਰੇਂਜਮੈਂਟ, ਰਹਿਣ ਦਾ ਅਰੇਂਜਮੈਂਟ ਕਿਵੇਂ ਕੀਤਾ ਹੋਇਆ। ਆ ਚੁੱਕੇ ਹਾਂ ਜੋਜੀਲਾ ਪਾਸ ਦੇ ਬਿਲਕੁਲ ਟੌਪ ਤੇ, ਦੇਖੋ ਨਜ਼ਾਰੇਦਾਰ ਵਿਊ। ਉਹ ਦੇਖੋ
ਬਹੁਤ ਜ਼ਬਰਦਸਤ ਵੈਦਰ ਆ ਇੱਥੇ, ਖਾਈ ਦੇਖੋ ਥੱਲੇ ਅਲੱਗ ਹੀ ਆਪਣੇ ਕੁਦਰਤ ਨੇ ਨਜ਼ਾਰੇ ਇੰਨੇ ਬੰਨੇ ਪਏ ਨੇ ਇੱਥੇ ਦੇਖੋ ਤੁਸੀਂ। ਓ ਜੀ ਵਾਹ, ਉਹ ਸਾਰੇ ਰੋਡ ਅਸੀਂ ਪਾਰ ਕਰਕੇ ਆਏ ਹਾਂ, ਐਵੇਂ ਨਹੀਂ ਇਹਨੂੰ ਖਤਰਨਾਕ ਪਾਸ ਕਹਿੰਦੇ ਸਾਰੇ, ਦੇਖੋ ਰੋਡ ਅੱਗੋਂ। ਵੈਸੇ ਪਹੁਲ ਆਪਾਂ 7-8 ਵਾਰ ਆ ਗਏ ਹੈ, ਪਰ ਮਨ ਨੀ ਅੱਕਦਾ ਇੱਥੇ ਆ ਗਏ ਨਾ, ਬਾਰ ਬਾਰ ਦਿਲ ਕਰਦਾ। ਹੁੰਦੀ ਨੀ ਬਰਫ਼ ਇੱਥੇ ਕਦੇ ਵੀ, ਐਤਕੀ ਬਰਫ਼ ਹੈਗੀ ਆ ਜ਼ਿਆਦਾ ਵਧੀਆ ਨਜ਼ਾਰੇਦਾਰ। ਅੱਜ ਡਰਾਈਵਿੰਗ ਸੀਟ ਤੇ ਆ ਗਏ ਸਾਡੇ ਬਾਬਾ ਜੀ, ਕਹਿੰਦਾ ਮੈਂ ਡਰਾਈਵਿੰਗ ਜ਼ਿਆਦਾ ਵਧੀਆ, ਮੈਂ ਹੈਵੀ ਡਰਾਈਵਰ ਹਾਂ ਕਹਿੰਦਾ, ਤੇ ਮੈਨੂੰ ਹੈਵੀ ਲਾਇਸੈਂਸ ਬਣਵਾਇਆ। ਹਾਂ ਹੈਵੀ ਲਾਇਸੈਂਸ ਬਣਵਾ ਕੇ ਆਇਆ, ਸਪੈਸ਼ਲ ਲੱਗਦਾ। ਟਰੱਕ ਵੀ ਚਲਾਉਣਾ ਹੁੰਦਾ ਮੈਂ ਉਦੋਂ ਵੀ ਅੰਦਰ ਕੀਤਾ। ਹਾਂ ਦੇਖ ਲਓ ਇੱਥੇ ਕਦੇ ਹੁੰਦੀ ਆ ਪਾਉਲ ਬਰਫ਼, ਦੇਖ ਲਾ ਆਸਮਾਨ ਦੇਖ ਲਓ ਕਿੰਨਾ ਸਾਫ਼ ਹੈ, ਨੀਲਾ ਪਿਆ ਦੇਖੋ ਵੀ ਦੋਸਤੋ, ਕਿੰਨਾ ਸਾਫ਼ ਸੁਥਰਾ ਵੈਦਰ। ਜਦੋਂ ਆਪਣੇ ਕੋਵਿਡ ਦੇ ਵਿੱਚ ਰਿਸਟ੍ਰਿਕਸ਼ਨਸ ਲੱਗੀਆਂ ਸੀ ਉਦੋਂ ਆਪਣੇ ਸਾਹਮਣੇ ਵਾਲ ਵੀ ਇੱਦਾਂ ਦਾ ਵੈਦਰ ਹੋ ਗਿਆ ਸੀ, ਹੁਣ ਦੇਖੋ, ਹੁਣ ਦੇਖੋ ਇੱਥੇ ਆਲ ਟਾਈਮ ਹੀ ਇੱਦਾਂ, ਮਤਲਬ ਕਿ ਇੱਥੇ ਪੋਲਿਊਸ਼ਨ ਹੈ ਨਹੀਂ। ਤਾਂ ਕਰਕੇ ਆਪਾਂ ਵੀ ਜਦੋਂ ਵੀ ਪਹਾੜਾਂ 'ਤੇ ਆਈਏ, ਜਿਹੜਾ ਵੀ ਤੁਸੀਂ ਕਚਰਾ ਵਗੈਰਾ ਲੈ ਕੇ ਆਉਂਦੇ ਹੋ ਨਾ, ਇੱਥੇ ਨਾ ਸੁੱਟਿਆ ਕਰੋ ਬੈਗ ਦੇ ਵਿੱਚ, ਗਾਰਬੇਜ ਬੈਗ ਆਪਣਾ ਜਿੱਥੇ ਡਸਟਬਿਨ ਮਿਲੇ ਉੱਥੇ ਪਾਓ, ਕਿਉਂਕਿ ਜੇ ਆਪਾਂ ਗੰਦ ਪਾਵਾਂਗੇ ਆਉਣ ਵਾਲੀ ਜਨਰੇਸ਼ਨ ਕਿੱਦਾਂ ਦੇਖੂਗੀ ਇੱਥੇ ਦੀ ਬਿਊਟੀ। ਇਸ ਕਰਕੇ ਆਪਣਾ ਗਾਰਬੇਜ ਹਮੇਸ਼ਾ ਨਾਲ ਕੈਰੀ ਕਰੋ, ਜਾ ਕੇ ਡਸਟਬਿਨ 'ਚ ਥਰੋ ਕਰੋ। ਦੇਖ ਲਓ ਵੀ ਦੋਸਤੋ, ਜ਼ਿਲ੍ਹਾ ਪਾਸ ਦੀ ਟਫ ਚੜ੍ਹਾਈ ਪਾਰ ਕਰਕੇ ਅਸੀਂ ਆ ਗਏ ਹਾਂ, ਹੁਣ ਬਸ ਇੱਥੇ ਮਾੜੇ ਮੋਟੇ ਜਿਹੜੇ ਵੀ ਆਪਣੇ ਸੀਗੇ ਝਟਕੇ ਝੁਟਕੇ ਲੱਗੇ ਸਾਰੇ ਹੁਣ ਰਿਲੈਕਸ ਹੋਏ ਨੇ, ਕਿਉਂਕਿ ਹੁਣ ਰੋਡ ਬਹੁਤ ਵਧੀਆ ਆਉਣ ਜਾ ਰਿਹਾ, ਕਿਉਂਕਿ ਜਿਹੜਾ ਕਾਰਗਿਲ ਲੇਹ ਵਾਲਾ ਰੋਡ ਆ ਉਹ BRO ਮੇਨਟੇਨ ਕਰਦੀ ਆ ਬਹੁਤ ਜ਼ਬਰਦਸਤ। ਆਹ ਦੇਖੋ ਦੋਸਤੋ ਕ੍ਰੀਏਟੀਵਿਟੀ, BRO ਕਿੱਦਾਂ ਡਰੰਮ ਜੋੜ ਜੋੜ ਕੇ ਇੱਦਾਂ ਬਣਾ ਰਹੀ ਆ ਇੱਥੇ, ਫਿਰ ਆਪਾਂ ਕਹਿ ਸਕਦੇ ਹਾਂ ਆਪਣੀ BRO ਕਿੰਨੇ ਜ਼ਬਰਦਸਤ ਕੰਮ ਜਿਹੜੇ ਰੋਡ 'ਤੇ ਕਰਦੀ ਆ, ਉਹ ਇੱਦਾਂ ਦੇ ਵੀ ਮੈਸੇਜ ਦਿੰਦੀ ਆ ਕਿ ਤੁਸੀਂ ਜਿਹੜੇ ਫਾਲਤੂ ਦੇ ਡਰੰਮ ਪੀਪੇ ਐਵੇਂ ਸੱਟ ਦਿੰਦੇ ਹੋ ਕਬਾੜ ਦੇ ਵਿੱਚ, ਉੱਦਾਂ ਇਹਦੇ ਨਾਲ ਆਪਾਂ ਕ੍ਰੀਏਟੀਵਿਟੀ ਵੀ ਕਰ ਸਕਦੇ ਹਾਂ। ਦੋਸਤੋ ਲੱਦਾਖ ਯੂਨੀਅਨ ਟੈਰੀਟਰੀ 'ਚ ਐਂਟਰ ਕਰ ਚੁੱਕੇ ਹਾਂ, ਕਿਉਂਕਿ ਤੁਹਾਨੂੰ ਪਤਾ ਲੱਦਾਖ ਯੂਨੀਅਨ ਟੈਰੀਟਰੀ ਜਿਹੜੀ ਜੰਮੂ ਕਸ਼ਮੀਰ 'ਚ ਪਹਿਲਾਂ ਹੁੰਦੀ ਸੀ ਇਹ ਅਲੱਗ ਕਰ ਦਿੱਤੀ ਗਈ ਆ, ਲੱਦਾਖ ਦੇ ਵਿੱਚ ਹੀ ਦਰਾਸ ਕਾਰਗਿਲ ਲੇਹ ਆਉਂਦੇ ਨੇ। ਹੁਣ ਆਹ ਨਦੀ ਸਾਡੇ ਨਾਲ ਨਾਲ ਚੱਲੂਗੀ, ਇਹ ਰੋਡ ਇੱਦਾਂ ਹੀ ਸਾਰਾ ਵਧੀਆ BRO ਨੇ ਬਣਾਇਆ ਹੋਇਆ, ਇੱਥੇ ਬਿਲਕੁਲ ਹੀ ਪਤਾ ਨਹੀਂ ਲੱਗਦਾ ਵੀ ਗੱਡੀ ਕਿੰਨੀ ਸਮੂਥਲੀ ਚੱਲਦੀ ਹੈ, ਨਜ਼ਾਰੇ ਅਲੱਗ ਤੋਂ ਹੀ ਬਹੁਤ ਜ਼ਬਰਦਸਤ ਨੇ। ਦੋਸਤੋ ਕਾਰਗਿਲ ਵਾਰ ਮੈਮੋਰੀਅਲ ਪਹੁੰਚ ਚੁੱਕੇ ਹਾਂ, ਇੱਥੇ ਦੇਖੋ ਆ ਸਾਹਮਣੇ ਦਰਾਸ ਦੀ ਪਹਾੜੀ, ਇਸ ਤੋਂ ਪਰਲੀ ਸਾਈਡ ਆਪਣਾ ਕਹਿੰਦੇ ਜਿਵੇਂ POK ਪਾਕਿਸਤਾਨ ਓਕੂਪਾਈਡ ਕਸ਼ਮੀਰ ਆ, ਅਸਲੀ ਜਿਹੜੀ ਲੜਾਈ ਹੋਈ ਸੀ ਕਾਰਗਿਲ ਦੀ ਇੱਥੇ ਹੋਈ ਸੀ, ਤਾਂ ਸ਼ਹੀਦਾਂ ਨੂੰ ਆਪਣਾ ਓਨਰ ਦੇਣ ਲਈ ਇਹਨਾਂ ਨੇ ਇੱਥੇ ਸਪੈਸ਼ਲ ਵਾਰ ਮੈਮੋਰੀਅਲ ਬਣਾਇਆ ਸੀ, ਜੋ ਕਿ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ।
ਆ ਦੇਖੋ ਜੀ ਕਾਰਗਿਲ ਵਾਰ ਮੈਮੋਰੀਅਲ ਅੰਦਰੋਂ ਕੁਛ ਇੱਦਾਂ ਬਣਿਆ ਹੋਇਆ। ਆਹ ਇੱਥੇ ਜਿਹੜਾ ਵਾਰ ਮੈਮੋਰੀਅਲ ਦੀ ਸਾਰੀ ਹਿਸਟਰੀ ਲਿਖੀ ਹੈ, ਤੁਸੀਂ ਪੋਜ਼ ਕਰਕੇ ਦੇਖ ਸਕਦੇ ਹੋ। ਇਹ 99 ਦੇ ਜਿਹੜੇ ਸ਼ਹੀਦ ਸੀ ਉਹਨਾਂ ਨੂੰ ਮੁੱਖ ਰੱਖਦੇ ਬਣਾਇਆ ਗਿਆ ਸੀ। ਕੁਛ ਇੱਦਾਂ ਸਾਹਮਣੇ ਦੇਖੋ ਸਮਾਧ ਬਣਾਈ ਗਈ ਹੈ ਸਾਰੇ ਸ਼ਹੀਦਾਂ ਦੀ। ਆਹ ਜਿਵੇਂ ਅਲੱਗ ਅਲੱਗ ਜਿਵੇਂ ਮੇਜਰ ਰਜੇਸ਼ ਸਿੰਘ ਅਧਿਕਾਰੀ ਅਲੱਗ ਅਲੱਗ ਜਾਣਿਆਂ ਦੇ ਸਟੈਚੂ ਬਣਾਏ ਗਏ ਨੇ ਤਾਂ ਜੋ ਇਹਨਾਂ ਦੀ ਯਾਦਗਰੀ ਰਹਿ ਸਕੇ, ਕਿਉਂਕਿ ਬਣਾਈ ਵੀ ਕਿਉਂ ਨਾ ਜਾਵੇ, ਇੰਨੀ ਮਿਹਨਤ ਦੇ ਨਾਲ ਇਹਨਾਂ ਨੇ 99 ਦਾ ਯੁੱਧ ਲੜਿਆ ਸੀ ਅਤੇ ਆਪਾਂ ਜਿੱਤ ਹਾਸਲ ਕੀਤੀ ਸੀ। ਇੱਧਰ ਅੰਦਰ ਵਾਰ ਮੈਮੋਰੀਅਲ ਬਣਿਆ ਹੋਇਆ ਜਿੱਥੇ ਆਪਾਂ ਨੂੰ ਮੋਬਾਈਲ ਲਿਜਾਣਾ ਅਲਾਊਡ ਨਹੀਂ ਹੈ। ਇੱਧਰ ਜਿਹੜੀ ਬੋਫੋਰਸ ਤੋਪ ਸੀਗੀ ਆਪਣੀ ਜਿਹਨੇ ਸਭ ਤੋਂ ਜ਼ਿਆਦਾ ਹਮਲਾ ਕੀਤਾ ਸੀ, ਸਭ ਤੋਂ ਪਹਿਲਾਂ ਆਹ ਵਾਲੀ ਹਿੱਲ ਸੀ ਤੋਲੋ ਲਿੰਗ ਜਿੱਥੇ ਦੁਸ਼ਮਣ ਨੇ ਕੈਪਚਰ ਕਰ ਰਿਹਾ ਸੀ ਆਰਮੀ ਦਾ ਬੂਥ, ਆਰਮੀ ਦਾ ਕੈਂਪ ਤੁਸੀਂ ਕਹਿ ਸਕਦੇ ਹੋ। ਇਹ ਸਭ ਤੋਂ ਪਹਿਲਾਂ ਇੰਡੀਆ ਨੇ ਕੈਪਚਰ ਕੀਤੀ ਸੀ, ਇੱਕ ਇੱਥੇ ਅਤੇ ਇੱਕ ਟਾਈਗਰ ਹਿੱਲ ਜਿਹੜੀ ਇਸ ਤੋਂ ਅੱਗੇ ਆ। ਕੁੱਲ 150 ਕਿਲੋਮੀਟਰ ਏਰੀਆ ਸੀ ਜਿੱਥੇ ਪਾਕਿਸਤਾਨ ਨੇ ਹਮਲਾ ਕਰਕੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਸੀ ਇੰਡੀਅਨ ਆਰਮੀ ਨੂੰ, ਪਰ ਆਪਾਂ ਫਿਰ ਵੀ ਯੁੱਧ ਜਿੱਤ ਗਏ ਸੀ। ਪ੍ਰਾਊਡ ਟੂ ਬੀ ਇੰਡੀਅਨ, ਇੰਡੀਅਨ ਆਰਮੀ ਵੀ ਸਾਨੂੰ ਬਹੁਤ ਵਧੀਆ ਪਿਆਰੀ ਆ ਜਿਹਨੇ ਸਾਨੂੰ ਹੁਣ ਤੱਕ ਸੇਫ ਰੱਖਿਆ ਹੋਇਆ। ਦੋਸਤੋ ਆਹ ਦੇਖੋ ਕਾਰਗਿਲ ਪਹੁੰਚ ਚੁੱਕੇ ਹਾਂ। ਵਾਰ ਮੈਮੋਰੀਅਲ ਦੇਖਣ ਤੋਂ ਬਾਅਦ ਪਾਹੁਲ ਬਾਹੂ ਨੂੰ ਇੰਨਾ ਜੋਸ਼ ਆ ਗਿਆ, ਇਹਨੇ ਖਾ ਲਿਆ ਇੱਕ ਸੇਬ ਮਿੱਠਾ ਜਿਹਾ ਕਸ਼ਮੀਰੀ, ਪਰ ਚੱਕ ਤੇ ਫੱਟੇ ਇਹਨੇ ਹੁਣ ਗੱਡੀ ਭਜਾ ਕੇ ਲਿਆ ਸਿੱਧੀ ਕਾਰਗਿਲ। ਉਹ ਨੋ ਐਂਟਰੀ ਹੈ ਇੱਧਰੋਂ, ਇੱਧਰੋਂ ਕਾਰਗਿਲ ਸ਼ਹਿਰ ਨੂੰ ਅੰਦਰ ਚਲੇ ਗਿਆ, ਇੱਧਰੋਂ ਬਾਹਰੋਂ ਬਾਹਰ ਜਾ ਸਕਦੇ ਹਾਂ। ਦੇਖੋ ਜੀ ਕਿੱਦਾਂ ਨਦੀ ਦਾ ਫਲੋ ਇੱਥੇ ਕਾਰਗਿਲ ਸ਼ਹਿਰ ਦੇ ਵਿੱਚ। ਉਹ ਸਾਹਮਣੇ ਕਾਰਗਿਲ ਬਾਈਪਾਸ ਜਾ ਰਿਹਾ, ਪਰ ਸਾਡੇ ਬਾਬਾ ਬਾਬੂ ਜੀ ਕਹਿੰਦੇ ਮੈਂ ਤਾਂ ਸ਼ਹਿਰ ਦੇ ਵਿੱਚੋਂ ਹੋ ਕੇ ਜਾਣਾ, ਵੀ ਪਹਿਲਾਂ ਵਾਲੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨੀਆਂ ਨੇ। ਕਹਿੰਦਾ ਮੈਂ ਆਪਣੇ ਇੱਕ ਦੋਸਤ ਨੂੰ ਮਿਸ ਕਰ ਰਿਹਾ, ਇੱਥੇ ਮੈਂ ਦੋਸਤ ਦਾ ਘੁੰਮਿਆ ਸੀ ਬਹੁਤ ਜ਼ਿਆਦਾ, ਤਾਂ ਕਰਕੇ ਫਿਰ ਅਸੀਂ ਬਹੁਤ ਪੱਕਾ ਸੀ ਇਹਦਾ ਜੀ, ਕਾਰਗਿਲ ਸ਼ਹਿਰ ਜਿਹੜਾ ਹੁਣੀ ਅਸੀਂ ਬਾਈਪਾਸ ਕਰਕੇ ਜਾ ਰਹੇ ਹਾਂ। ਦਰਾਸ ਤੋਂ ਬਾਅਦ ਕਾਰਗਿਲ ਆਉਂਦਾ, ਇਹ ਸਾਰਾ ਦੋ ਪਾਰਟਸ ਦੇ ਵਿੱਚ ਡਿਵਾਈਡ ਹੋਇਆ, ਇੱਕ ਪਾਸੇ ਨਦੀ ਦੂਜੇ ਪਹਾੜੀ ਵਾਲਾ ਏਰੀਆ ਦਿਖਾ ਦਿੰਦੀ ਹੈ, ਇੱਕ ਪਾਸੇ ਥੋੜ੍ਹਾ ਮੈਦਾਨੀ ਏਰੀਆ। ਹੁਣ ਅਸੀਂ ਅੱਗੇ ਲੇਹ ਵੱਲ ਨੂੰ ਵੱਧ ਰਹੇ ਹਾਂ, ਪਹਿਲਾਂ ਲਾਮਾ ਯੂਰੇ ਆਊ, ਉਸ ਤੋਂ ਬਾਅਦ ਫਿਰ ਲੇਹ। ਹੁਣ ਦੇਖਦੇ ਹਾਂ ਜਾ ਕੇ ਕਿੱਦਾਂ ਦਾ ਰੋਡ ਅੱਗੇ ਮਿਲਦਾ। ਦੇਖੋ ਦੋਸਤੋ ਗੰਜੇ ਪਹਾੜ ਆ ਗਏ, ਇਹਨਾਂ ਨੇ ਬਚਪਨ ਦੇ ਵਿੱਚ ਤੇਲ ਚੰਗੀ ਤਰ੍ਹਾਂ ਨਹੀਂ ਲਾਇਆ ਹੋਣਾ, ਜਿਹੜੇ ਇਹਨਾਂ ਨੇ ਵਾਲ ਝੜ ਗਏ ਦੇਖੋ ਕਿੰਨੇ ਖੂਬਸੂਰਤ ਲੱਗਦੇ ਨੇ।
ਜਿਵੇਂ ਛੋਟੇ ਛੋਟੇ ਬੱਚੇ ਨਹੀਂ ਹੁੰਦੇ ਪਹਾੜਾਂ ਦੇ, ਅਲੱਗ ਅਲੱਗ ਤਰ੍ਹਾਂ ਦੇ, ਕਦੇ ਬਰਾਊਨ ਹੋ ਰਹੇ ਨੇ, ਕਦੇ ਗੱਚ ਦੀ ਤਰ੍ਹਾਂ ਯੈਲੋ ਹੋ ਰਹੇ ਨੇ। ਰੋਡ ਨੇ ਤਾਂ ਵੱਟ ਕੱਢੇ ਪਏ ਨੇ, BRO ਨੇ ਬਹੁਤ ਹੀ ਜ਼ਬਰਦਸਤ ਰੋਡ ਮੇਨਟੇਨ ਕੀਤੇ ਹੋਏ ਨੇ। ਦੇਖੋ ਐਵੇਂ ਆਪਾਂ ਭੀੜ ਭੜੱਕੇ 'ਚ ਜਾਈ ਜਾਂਦੇ ਹਾਂ, ਇੱਧਰ ਦੇਖੋ ਕਿੰਨੀ ਸ਼ਾਂਤੀ ਆ। ਸ਼ਾਂਤੀ ਲੈਣੀ ਆ ਤਾਂ ਇੱਧਰ ਆ ਜਾਓ ਜਲਦੀ ਤੋਂ ਜਲਦੀ। ਬਹੁਤ ਜ਼ਬਰਦਸਤ ਲੋਕੇਸ਼ਨ, ਨਜ਼ਾਰੇਦਾਰ, ਆਪਾਂ ਰਸਤੇ ਇੰਜੋਏ ਕਰਦੇ ਜਾ ਰਹੇ ਹਾਂ। ਪਾਉਲ ਬਾਊ ਸਾਡਾ ਗੱਡੀ ਨੂੰ ਖਿੱਚ ਕੇ ਲਿਆ ਰਿਹਾ, ਕਹਿੰਦਾ ਵੀ ਨਜ਼ਾਰੇਦਾਰ ਰਸਤੇ ਨੇ ਪੂਰੇ। ਇੱਧਰ ਸਾਡੇ ਜੇਈ ਸਾਹਿਬ ਇਹ ਵੀ ਬੈਠੇ ਨੇ, ਸਾਡਾ ਪਾਵਾ ਬਾਊ ਥੋੜੀ ਨੀਂਦ ਦਾ ਆਨੰਦ ਮਾਣਦਾ ਹੋਇਆ। ਇਹ ਬਸ ਉਹ ਕਹਿੰਦੇ ਆ ਨਾ ਇੱਕ ਤਰ੍ਹਾਂ ਦੀ ਨੀਂਦ ਦੇ ਨਸ਼ੇ ਦੇ ਵਿੱਚ ਹੀ ਰਹਿੰਦਾ ਜਦ ਦੇਖੋ। ਵੈਸੇ ਇਹਨੂੰ ਐਕਸਾਈਟਮੈਂਟ ਹੁੰਦੀ ਆ ਪੂਰੀ, ਜਾਈਏ ਜਾਈਏ। ਪਰ ਪਾਣੀ ਪਾ ਯਾਰ, ਇਹਦੇ ਪਾ ਪਾਣੀ, ਇਹਦੇ ਠਾਇਰ ਕਵਰ ਕਿੱਥੇ ਪਿਆ ਆਪਣੇ ਇਹਦੇ ਪਰ ਮੈਂ ਸੁੱਤਾ, ਅੱਖਾਂ ਮੇਰੇ ਬੰਦ ਨੇ। ਸਾਹਮਣੇ ਦੇਖੋ ਕਿਵੇਂ ਬੱਦਲ ਦਾ ਪਰਛਾਵਾਂ ਪੈ ਰਿਹਾ, ਬਿਲਕੁਲ ਤੁਸੀਂ ਇੱਥੋਂ ਗੈਸ ਲਾ ਸਕਦੇ ਹੋ ਕਿਵੇਂ ਆਪਣੇ ਬੱਦਲ ਇੰਨੀ ਨੇੜੇ ਨੇ ਪਹਾੜਾਂ 'ਚ, ਜਾਂ ਫਿਰ ਤੁਸੀਂ ਐਂ ਕਹਿ ਸਕਦੇ ਹੋ ਅਸੀਂ ਕਿੰਨੀ ਜ਼ਿਆਦਾ ਹਾਈਟ 'ਤੇ ਆਏ ਹੋਏ ਹਾਂ। ਬਾਕੀ ਜੀ ਕੁਦਰਤੀ ਨਜ਼ਾਰੇ ਤਾਂ ਹੁੰਦੇ ਬਹੁਤ ਨਜ਼ਾਰੇਦਾਰ ਨੇ, ਬਸ ਬੰਦਾ ਇੰਜੋਏ ਕਰਨ ਵਾਲਾ ਬਣੇ। ਇੱਧਰ ਦੇਖੋ ਕਿੱਦਾਂ ਰਿਵਰ ਦਾ ਪਾਣੀ ਛਾਲਾਂ ਮਾਰਦਾ ਜਾ ਰਿਹਾ। ਇਹੀ ਰਿਵਰ ਅੱਗੋਂ ਜਾ ਕੇ ਜ਼ਾਂਸਕਾਰ ਵੈਲੀ ਦੇ ਵਿੱਚ ਚਲੇ ਜਾਂਦਾ, ਜਿਹਨੂੰ ਅੱਗੇ ਜ਼ਾਂਸਕਾਰ ਵੈਲੀ 'ਚ ਜ਼ਾਂਸਕਾਰ ਰਿਵਰ ਕਹਿ ਦਿੰਦੇ ਨੇ। ਗੱਡੀ ਸਾਡੀ ਐਨ ਚਮਕਾਈ ਪਈ ਆ, ਨਜ਼ਾਰੇਦਾਰ ਪਰਫੋਰਮੈਂਸ, ਰੋਡ ਬਹੁਤ ਜ਼ਬਰਦਸਤ। ਇੰਨਾ ਖੁਸ਼ ਆ, ਭਾਬੀ ਦਾ ਫੋਨ ਆਇਆ ਹੋਇਆ। ਭਾਬੀ ਕਹਿੰਦੀ ਮੈਂ ਰਜੇਸ਼ ਦੀਆਂ ਨਜ਼ਰਾਂ ਤਾਰ ਦਿਓ, ਉਹਨੂੰ ਨਜ਼ਰ ਬਹੁਤ ਜਲਦੀ ਲੱਗਦੀ ਆ, ਜਲਦੀ ਤੋਂ ਜਲਦੀ ਮਿਰਚਾਂ ਵਾਰ ਦਿਓ। ਭਾਬੀ ਨੇ ਕਿਹਾ ਵੀ ਚਾਵਾਂ ਨਾਲ ਪਾਲਿਆ ਹੋਇਆ ਏ। ਠੀਕ ਆ ਦੋਸਤੋ, ਪਹੁੰਚ ਗਏ ਆਪਾਂ ਇਹ ਤੋਂ ਬਿਲਕੁਲ 40 ਕਿਲੋਮੀਟਰ ਦੀ ਦੂਰੀ ਤੇ ਆ। ਇਹ ਰੋਡ ਜਿੱਥੇ ਸਾਰੇ ਜਾਣੇ ਆ ਕੇ ਰੀਲਸ ਬਣਾਉਂਦੇ ਨੇ, ਕਾਰਾਂ ਅੱਡ ਅੱਡ ਜਗ੍ਹਾ 'ਤੇ ਲਾ ਕੇ। ਇਹ ਬਿਲਕੁਲ ਹੀ ਸਿੱਧਾ ਰੋਡ ਹੁਣ ਜਾਣਾ ਲੇਹ ਨੂੰ, ਪਹਿਲਾਂ ਪੱਥਰ ਸਾਹਿਬ ਗੁਰਦੁਆਰਾ ਆਊ, ਉਸ ਤੋਂ ਬਾਅਦ ਮੈਗਨੈਟਿਕ ਹਿੱਲ ਹੈ। ਵੈਸੇ ਬਿਲਕੁਲ ਇਕਾਂਤ ਨਹੀਂ ਜਗ੍ਹਾ। ਇੱਧਰ ਹੁਣ ਸਾਡਾ ਫੋਟੋ ਸੈਸ਼ਨ ਚੱਲ ਰਿਹਾ, ਕਾਰਾਂ ਬਹੁਤ ਸਪੀਡ 'ਤੇ ਆ ਰਹੀਆਂ, ਹਵਾ ਬਹੁਤ ਤੇਜ਼ ਚੱਲ ਰਹੀ ਆ, 13 ਡਿਗਰੀ ਟੈਂਪਰੇਚਰ। ਦੋਸਤੋ ਪਹੁੰਚ ਚੁੱਕੇ ਹਾਂ ਲੇਹ, ਇੱਧਰ ਲੇਹ ਦਾ ਏਅਰਪੋਰਟ, ਅਤੇ ਇੱਧਰ ਬਿਲਕੁਲ ਲੇਹ ਸ਼ਹਿਰ ਦੇ ਵਿੱਚ ਐਂਟਰ ਕਰਨ ਲੱਗੇ ਹਾਂ। ਸਾਹਮਣੇ ਪਹਾੜਾਂ 'ਤੇ ਦੇਖੋ ਤੁਸੀਂ, ਸਾਨੂੰ ਬਰਫ਼ ਨਜ਼ਰ ਆ ਰਹੀ ਆ। ਹੁਣ ਕੱਲ੍ਹ ਦੇਖਦੇ ਹਾਂ ਅਸੀਂ ਕਿੱਥੇ ਜਾਂਦੇ ਹਾਂ, ਖਰਦੁੰਗਲਾ ਪਾਸ ਜਾਂਦੇ ਹਾਂ ਕਿ ਪੈਂਗੋਂਗ ਜਾਂਦੇ ਹਾਂ, ਉੱਥੇ ਬਰਫ਼ ਸਾਨੂੰ ਲੱਗਦਾ ਜ਼ਰੂਰ ਮਿਲੂਗੀ, ਸਨੋਫਾਲ ਦੇ ਵੀ ਪੂਰੇ ਆਸਾਰ ਨੇ। ਬਾਕੀ ਦੇਖੋ ਜਾ ਕੇ, ਹੁਣ ਅਸੀਂ ਜਾ ਰਹੇ ਹਾਂ ਹੋਟਲ ਰੂਮ ਲੈਣ ਲੱਗੇ ਹਾਂ। ਉਸ ਤੋਂ ਡਿਨਰ ਵਗੈਰਾ ਕਰਕੇ ਰਾਤ ਨੂੰ ਸਾਡੇ ਬੰਦਿਆਂ ਥੋੜ੍ਹੀ ਜਿਹੀ ਖਾਰਿਸ਼ ਹੋ ਰਹੀ ਆ, ਕਹਿੰਦੇ ਬਾਅਦ ਆਈਸਕ੍ਰੀਮ ਖਾ ਕੇ ਆਉਣੀ ਆ, ਪੈਸੇ ਖਰਚ ਕੇ ਆਈਏ ਥੋੜ੍ਹੇ ਜਿਹੇ। ਪਰ ਮਾਰਕੀਟ ਲੱਗਦਾ 9:30 ਵਜੇ ਬੰਦ ਹੋ ਜਾਂਦੀ ਆ। ਰੋਡ ਵੈਸੇ ਸਾਫ਼ ਸੁਥਰੇ ਨੇ, ਨਜ਼ਾਰੇਦਾਰ ਨੇ ਪੂਰੇ, ਪਰ ਮਾਰਕੀਟ ਲੱਗਦਾ ਬੰਦ ਹੋਈ ਆ। ਉਹ ਅੱਗੋਂ ਚੌਂਕ ਤੋਂ ਆਉਣੀ ਆ ਖੱਬੇ, ਉਹ ਆ ਗਈ ਮੇਨ ਮਾਰਕੀਟ।